हाँ 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 पार्क है हाँ पार्क तो मेन गेट है कहाँ जिला दिन है और सामने बस आए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਦਰਸ਼ਨ ਕਰ ਰਹੇ ਸੀ ਗੁਰਦੁਆਰਾ ਜਨਮ ਅਸਥਾਨ ਅਤੇ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਸਾਹਿਬ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀਆਂ ਦਾ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਸ ਜੋ ਦਰਸ਼ਨ ਦੁਆਰਿਆਂ ਦੀ ਤਾਂਘ ਰਹਿੰਦੀ ਸੀ ਹਮੇਸ਼ਾ ਗੁਰੂ ਸਾਹਿਬਾਨ ਦੇ ਸਥਾਨ ਦੀ। ਜਿਵੇਂ ਕੱਲ੍ਹ ਅਸੀਂ ਜਾ ਕੇ ਆਏ ਹਾਂ ਪੰਜਾ ਸਾਹਿਬ ਵੀ ਜਾ ਕੇ ਆਏ ਹਾਂ, ਉਸ ਤੋਂ ਬਾਅਦ ਗੁਰਦੁਆਰਾ ਸੱਚਾ ਸਾਹਿਬ ਦਾ ਵੀ ਜਾ ਕੇ ਆਏ ਹਾਂ, ਅਤੇ ਗੁਰਦੁਆਰਾ ਲਾਹੌਰ ਡੇਰਾ ਸਾਹਿਬ ਜਾ ਕੇ ਆਏ ਹਾਂ, ਅਤੇ ਕਰਤਾਰਪੁਰ ਸਾਹਿਬ ਵੀ ਜਾਣਾ। ਅੱਜ ਗੁਰਦੁਆਰਾ ਜਨਮ ਸਥਾਨ ਸੀ ਨਨਕਾਣਾ ਸਾਹਿਬ ਵਿਖੇ, ਕਿਉਂਕਿ ਕੱਲ੍ਹ ਸਮਾਗਮ ਵੀ ਹੈ ਜੋ 99 ਸਾਲਾ ਬਣਾ ਰਹੇ ਹਾਂ ਸ਼ਹੀਦਾਂ ਦੀ ਯਾਦ ਦੇ ਵਿੱਚ। ਸੋ ਬਹੁਤ ਵਧੀਆ ਲੱਗਿਆ, ਸਮੁੱਚੀ ਸਿੱਖ ਸੰਗਤਾਂ ਦੇ ਵਿੱਚ ਬੜਾ ਚਾਅ ਪਾਇਆ ਜਾ ਰਿਹਾ ਸਿੱਖ ਕੌਮ ਦੇ ਮੁਖੀ ਪ੍ਰਤੀ, ਸਿੰਘ ਸਾਹਿਬ ਪ੍ਰਤੀ, ਗਿਆਨੀ ਹਰਪ੍ਰੀਤ ਸਿੰਘ ਪ੍ਰਤੀ, ਚਾਹੇ ਪਾਕਿਸਤਾਨ ਗੁਰਦੁਆਰਾ ਕਮੇਟੀ ਦਾ ਮੌਜੂਦਾ ਪ੍ਰਧਾਨ ਹੋਵੇ, ਚਾਹੇ ਸਾਬਕਾ ਪ੍ਰਧਾਨ ਹੋਵੇ, ਸਮੁੱਚੀ ਮੈਨੇਜਮੈਂਟ ਕਮੇਟੀ ਨਾਲ ਚੱਲ ਰਹੀ ਹੈ ਕੱਲ੍ਹ ਜਿਉਂ ਬਾਘਾ ਵੱਢ ਤੋਂ ਲੈ ਕੇ। ਬਹੁਤ ਚਾਅ ਪਾਇਆ ਜਾ ਰਿਹਾ, ਬਹੁਤ ਧੰਨਵਾਦ ਕੀਤਾ ਜਾ ਰਿਹਾ ਸਿੰਘ ਸਾਹਿਬ ਵੱਲੋਂ, ਜੋ ਕੌਮ ਪ੍ਰਤੀ ਐਫਰਟ ਕੀਤੇ ਜਾ ਰਹੇ ਆ, ਕੌਮ ਪ੍ਰਤੀ ਜੋ ਕੌਮ ਨੂੰ ਇੱਕਜੁੱਟ ਕਰਕੇ, ਸਮੁੱਚੀ ਕੌਮ ਨੂੰ ਇੱਕ ਮਾਲਾ 'ਚ ਪਰੋ ਕੇ, ਜੋ ਨਿੱਕੇ ਮੋਟੇ ਮਤਭੇਦ ਖਤਮ ਕਰਕੇ ਕੌਮ ਨੂੰ ਇਕੱਠੇ ਲੈ ਕੇ ਕਾਲ ਤੱਕ ਸਦੀ ਵਾਈ ਚੱਲਣ ਦਾ ਜੋ ਇਰਾਦਾ ਸਿੰਘ ਸਾਹਿਬ ਦਾ, ਮੈਂ ਸਮਝਦਾ ਪਹਿਲਾਂ ਹੀ ਵੇਖਿਆ ਸਿੰਘ ਸਾਹਿਬ ਵੱਖ ਵੱਖਰੀ ਕੰਟਰੀਆਂ ਦੇ ਹੋਰ ਵੀ ਗੇੜੇ ਲਾ ਕੇ ਆਏ ਆ, ਸਮੁੱਚੀਆਂ ਸੰਗਤਾਂ ਨੇ ਬੜਾ ਵਧੀਆ ਜੀਓ ਆਇਆ ਆਓ ਭਗਤ ਕੀਤੀ ਹੈ, ਸਵਾਗਤ ਕੀਤਾ, ਅਤੇ ਪਾਕਿਸਤਾਨ ਦੀਆਂ ਸੰਗਤਾਂ ਖਾਸ ਕਰ ਬੜੀ ਚਾਅ ਪਾਇਆ ਜਾ ਰਿਹਾ ਅਤੇ ਨਾਲ ਨਾਲ ਚੱਲ ਰਹੀਆਂ, ਅਤੇ ਬਹੁਤ ਵਧੀਆ ਪ੍ਰਬੰਧ ਹੈ ਸਮੁੱਚੇ ਗੁਰੂ ਸਾਹਿਬ ਗੁਰਦੁਆਰਾ ਸਾਹਿਬਾਨ ਦਾ, ਲੰਗਰਾਂ ਦਾ, ਰਹਿਸ਼ਾਂ ਦਾ, ਅਤੇ ਬਹੁਤ ਵਧੀਆ ਸੇਵਾ ਕਰਦੇ ਹੈ, ਚਾਹ ਕਰਦੇ ਹੈ, ਸਵਾਗਤ ਕਰਦੇ ਹੈ, ਅਤੇ ਸਮੁੱਚੀ ਇਕੱਲੀ ਸਿੱਖ ਕੌਮ ਨਹੀਂ, ਹੋਰ ਵੀ ਦੂਸਰੇ ਸਾਡੇ ਜੋ ਮੁਸਲਮਾਨ ਭਰਾ ਚਾਹੇ ਹੋਰ ਭਰਾ ਜਿੰਨੇ ਵੀ ਹੈਗੇ ਹੈ, ਸਰਦਾਰ ਦੀ ਸਿੱਖ ਦੀ ਸਿੰਘ ਦੀ ਇੱਜ਼ਤ ਹੈ। ਅਤੇ ਜੇ ਪਾਕਿਸਤਾਨੀ ਸਿੱਖਾਂ ਦੀ ਗੱਲ ਕਰੀਏ, ਉਹਨਾਂ ਦੇ ਆਪਣੇ ਮੂੰਹੋਂ ਅਸੀਂ ਕੱਲ੍ਹ ਤੋਂ ਉਹਨਾਂ ਨਾਲ ਚੱਲੇ ਹਾਂ, ਤਕਰੀਬਨ 24 ਘੰਟੇ ਹੋ ਗਏ, 35 ਘੰਟੇ ਹੋ ਗਏ ਬੱਤੀ ਚੱਲਿਆਂ ਨੂੰ, ਉਹਨਾਂ ਨੇ ਕੋਈ ਵੀ ਮਹਿਸੂਸ ਨਹੀਂ ਕੀਤਾ ਕਿ ਉਹ ਕਹਿ ਰਹੇ ਆ ਕਿ ਅਸੀਂ ਚਾਹੇ 10,000 15,000 ਦੀ ਮਰਦੀ ਹਾਂ, ਪਰ ਸਾਨੂੰ ਸਨਮਾਨ ਸਤਿਕਾਰ ਮਿਲ ਰਿਹਾ। ਸੋ ਸਿੱਖ ਕੌਮ ਵੀ ਇਹੀ ਲੋਚਦੀ ਹੈ ਕਿ ਸਿੱਥੇ ਵੀ ਖਾਲਸਾ ਗੁਰੂ ਦਾ ਸਿੱਖ ਗੁਰੂ ਦਾ ਸਿੰਘ ਵੱਸਦਾ, ਉਹਦਾ ਸਨਮਾਨ ਹੋਵੇ, ਸਤਿਕਾਰ ਹੋਵੇ, ਕਿਉਂਕਿ ਸਿੱਖ ਕੌਮ ਹਰ ਇੱਕ ਦੇ ਭਲੇ ਲਈ, ਹਰ ਇੱਕ ਦੀ ਦੁੱਖ ਦੇ ਸੁੱਖ ਦੇ ਵਿੱਚ ਭਾਈਵਾਲ ਹੋ ਕੇ, ਹਰ ਇੱਕ ਦਾ ਦਰਦ ਆਪਣਾ ਦਰਦ ਮਹਿਸੂਸ ਕਰਦੀ ਹੈ, ਇਸ ਕਰਕੇ ਤਾਂਹੀਓ ਸਰਬੱਤ ਦੇ ਭਲੇ ਦਾ ਸੰਦੇਸ਼ ਹੈ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਮੈਂ ਸਮਝਦਾ ਇਹ ਸੰਦੇਸ਼ ਕਰਕੇ ਹੀ ਸਿੱਖ ਕੌਮ ਦੀ ਜੋ ਪਰਉਪਕਾਰ ਦੀ ਸਿੰਘ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਇਸ ਕਰਕੇ ਸਿੱਖ ਕੌਮ ਦੀ ਬੜਾ ਮਾਣ ਹੈ, ਸਨਮਾਨ ਹੈ, ਬੜੀ ਸਿੱਖ ਕੌਮ ਦੀ ਇੱਜ਼ਤ ਹੈ। ਸੋ ਬੜੇ ਖੁਸ਼ੀ ਹੋਈ ਜਦੋਂ ਸਾਡੇ ਪਾਕਿਸਤਾਨੀ ਵੀਰਾਂ ਨੇ, ਸਿੱਖਾਂ ਨੇ, ਪਾਕਿਸਤਾਨੀ ਵੀਰਾਂ ਨੇ ਜੋ ਕੱਲ੍ਹ ਦੇ ਕਹਿ ਰਹੇ ਆ ਕਿ ਸਾਨੂੰ ਬੜਾ ਮਾਣ ਸਨਮਾਨ, ਅਤੇ ਚਾਹੇ ਕੋਈ ਵੀ ਚੈੱਕ ਪੋਸਟ ਹੋਵੇ, ਚਾਹੇ ਕੋਈ ਵੀ ਵੈਰੀਗੇਟ ਹੋਣ, ਜਾਂ ਹੋਰ ਵੀ ਸਿੱਖ ਸਰਦਾਰਾਂ ਦੀ ਬਹੁਤ ਸਨਮਾਨ ਹੈ ਸਿੰਘਾਂ ਦਾ,
ਸਿੱਖ ਕੌਮ ਦਾ ਕੱਲ੍ਹ ਵਾਹਗਾ ਬਾਰਡਰ ਤੋਂ ਲੈ ਕੇ ਕਿਤੇ ਵੀ ਮਿਲਦੇ ਆ, ਬੜੀ ਚਾਈ ਚਾਈ ਜੱਫੀਆਂ ਤੋਂ ਉਹ ਮਿਲਦੇ ਆ ਅਤੇ ਪਤਾ ਲੱਗਦਾ ਕਿ ਸਾਡੇ ਭਰਾਵਾਂ ਨੇ ਸਿੱਖ ਕੌਮ ਨੇ ਕਿਸ ਤਰ੍ਹਾਂ ਇੱਥੇ ਆਪਣਾ ਸਤਿਕਾਰ ਮਾਨ ਬਣਾਈ ਹੋਈ ਹੈ ਅਤੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਹੀ ਕਰ ਸਕਦੇ ਕਿ ਪਾਤਸ਼ਾਹ ਆਪਣੇ ਖਾਲਸੇ ਨੂੰ ਜਿੱਥੇ ਵੀ ਰੱਖਣਾ ਚੜ੍ਹਦੀ ਕਲਾ 'ਚ ਰੱਖਣਾ ਇਸੇ ਤਰ੍ਹਾਂ। ਸੋ ਬਹੁਤ ਖੁਸ਼ੀ ਹੋਈ, ਬਹੁਤ ਸਾਫ਼ ਸਫਾਈ, ਬਹੁਤ ਸੋਹਣੇ ਸਥਾਨ 'ਚ, ਬਹੁਤ ਧੰਨਵਾਦ ਸਮੁੱਚੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸੁਬਹਾ ਵੀ ਪੰਜਾ ਸਾਹਿਬ ਵਿਖੇ ਵੀ ਅਤੇ ਬਹੁਤ ਸੰਗਤਾਂ ਇਕੱਠੀਆਂ ਹੋਈਆਂ ਸਨ, ਸਿੰਘ ਸਾਹਿਬ ਨੇ ਗੁਰਬਾਣੀ ਗੁਰ ਇਤਿਹਾਸ ਸੁਣਾ ਕੇ ਉਹਨਾਂ ਨੂੰ ਜੋੜਿਆ ਅਤੇ ਕਰਤਾਰਪੁਰ ਸਾਹਿਬ ਵੀ ਜਾਣਾ, ਉੱਥੇ ਵੀ ਦਰਸ਼ਨ ਮਿਲੇ ਕਰਾਂਗੇ ਅਤੇ ਸਾਰੀ ਜਾਣਕਾਰੀ ਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਬਹੁਤ ਵਧੀਆ ਲੱਗ ਰਿਹਾ, ਬਹੁਤ ਖੁਸ਼ੀ ਹੋ ਰਹੀ ਹੈ, ਖਾਲਸੇ ਦੀ ਜੈ ਜੈਕਾਰ ਚੜ੍ਹਦੀ ਕਲਾ ਜੀ ਅਤੇ ਜੋ ਅਰਦਾਸ ਲੋਚਦੇ ਸੀ ਜਿਸ ਅਸਥਾਨ ਦੀ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੁਆਰੇ ਬਖਸ਼ਣ ਅਰਦਾਸ ਚੇ ਪਾਤਸ਼ਾਹ ਨੇ ਕੀਤੀ ਹੈ। ਮੈਂ ਇਹੀ ਅਰਦਾਸ ਕਰਦਾ ਕਿ ਚੇ ਪਾਤਸ਼ਾਹ ਨੂੰ ਖੁੱਲ੍ਹੇ ਦਰਸ਼ਨ ਦੁਆਰੇ ਕਰਨ ਦਾ ਜੋ ਤੁਸੀਂ ਸੁਭਾਗ ਬਖਸ਼ਣਾ ਹੈਗਾ, ਕਿਰਪਾ ਕਰਨੀ ਹੈ ਬਿਨਾਂ ਬੀਜੀ ਤੋਂ ਆ ਕੇ ਦਰਸ਼ਨ ਕਰਕੇ ਜਾ ਰਹੀ ਹੈ। ਇਹਦੇ ਅਰਦਾਸ ਦੁਬਾਰਾ ਫਿਰ ਦਰਸ਼ਨ ਕੱਲ੍ਹ ਵਾਲਾ ਜੋ ਸਮਾਗਮ ਹੈ, ਕੱਲ੍ਹ ਵਾਲੇ ਸਮਾਗਮ ਹੈ ਇਸ ਜੰਡ ਨਾਲ ਉੱਠਾ ਸਰਦਾਰ ਲਾਸਮ ਸਿੰਘ ਅਤੇ ਜੱਜ ਇਸ ਚੰਡ ਨਾਲ ਸਾੜੇ ਸਨ, ਜੋ ਸਿੱਖ 200 ਜਥਾ ਆਈ ਸੀ। ਕੱਲ੍ਹ ਨੂੰ ਇਹ ਸਮਾਗਮ ਹੈਗਾ, ਇਹ ਮਨਾ ਰਹੇ ਹਾਂ ਕੱਲ੍ਹ ਸਮਾਗਮ, ਇਹ ਸਮਾਗਮ ਬਸ ਹੀ ਲਿਆ ਮੇਰੇ ਸੀ, ਮੈਂ ਦਰਸ਼ਨ ਕਰਾ ਦੀਏ ਕੌਮ ਵਾਸਤੇ ਕਰਨ ਵਾਲੇ ਕੁਰਬਾਨੀਆਂ ਸਿੰਘਾਂ ਦੀ ਯਾਦਗਾਰ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ ਸਮਾਗਮ ਸਿੰਘ ਸਾਹਿਬ ਜੀਆਂ ਦੀ ਇਸ ਇੱਦਾਂ ਬਾਰੇ ਜੋ ਵਿਚਾਰ ਲਾਈਵ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਨੇ ਕੀਤੀ ਕਿਰਪਾ, ਸਮੇਂ ਦਿੱਤੀ ਇਜਾਜ਼ਤ, ਗੁਰੂ ਸਾਹਿਬ ਕਿਰਪਾ ਬਣਾਈ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।